ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇੱਕ ਵਾਰ ਆਪਾਂ ਦੁਬਾਰਾ ਜੁੜ ਚੁੱਕੇ ਹਾਂ ਉਸੇ ਲੋਕੇਸ਼ਨ 'ਤੇ ਆ ਕੇ। ਇੱਧਰ ਗੱਲਾਂ ਬਾਤਾਂ ਵਧੀਆ ਹੋ ਜਾਂਦੀਆਂ ਨਾ, ਹੈ ਨਾ। ਤਾਂ ਸਿੰਪਲ ਜੀ ਗੱਲ ਕਰਨੀ ਸੀ, ਮੇਰੇ ਕੋਲ ਕਈ ਬੱਚਿਆਂ ਦੇ ਮੈਸੇਜ ਵਗੈਰਾ ਆ ਰਹੇ ਸੀਗੇ, ਦਿਵਾਲੀ ਦੀ ਵਿਸ਼ ਕਰ ਰਹੇ ਸੀਗੇ, ਮੈਂ ਕਈਆਂ ਨੂੰ ਦਿਵਾਲੀ ਵਿਸ਼ ਕੀਤੀ ਫਿਰ, ਲੇਕਿਨ ਕਈਆਂ ਦੇ ਦਿਮਾਗ 'ਚ ਅਜੀਬ ਜੀ ਗੱਲਾਂ। ਮੈਂ ਕੱਲ੍ਹ ਵੇਟਿੰਗ ਲਿਸਟ ਉੱਤੇ ਵੀਡੀਓ ਪਾਈ ਸੀ, ਇੱਕ ਬੰਦਾ ਕਹਿੰਦਾ ਵੀ ਕਹਿੰਦਾ ਜੀ ਮਰਨਾ ਹੀ ਪਊਗਾ ਤਾਂ ਹੀ ਸਾਡੀ ਨੌਕਰੀ ਲੱਗਣੀ ਹੈ। ਤਾਂ ਬਹੁਤ ਨੈਗੇਟਿਵ ਥੋਟ ਇੱਕ ਤਾਂ ਹੈ। ਮਿਹਨਤ ਕਰੀ ਦੀ ਹੈ, ਚਲੋ ਠੀਕ ਹੈ, ਤੁਸੀਂ ਸਾਲ ਡੇਢ ਦੋ ਮਿਹਨਤ ਕੀਤੀ, ਬਹੁਤ ਵਧੀਆ ਗੱਲ ਹੈ ਯਾਰ। ਲੇਕਿਨ ਜਦੋਂ ਨੌਕਰੀ ਨਹੀਂ ਲੱਗੀ, ਦੇਖੋ ਜੀ ਕਿਸਮਤ ਵੀ ਕਿਤੇ ਨਾ ਕਿਤੇ ਕੰਮ ਕਰਦੀ ਹੈ, ਲੇਕਿਨ ਤੁਹਾਨੂੰ ਵੀ ਆਪਣੇ ਉੱਤੇ ਪਤਾ ਹੈ ਕਿ ਤੁਸੀਂ ਕਿੰਨੀ ਕੁ ਸ਼ਿੱਦਤ ਨਾਲ ਮਿਹਨਤ ਕੀਤੀ ਹੈ। ਤੁਸੀਂ ਠੀਕ ਹੈ, ਬਹੁਤ ਠੋਕ ਕੇ ਮਿਹਨਤ ਕੀਤੀ ਤੁਸੀਂ, ਤੁਹਾਨੂੰ ਪਤਾ ਹੈ ਯਾਰ ਕਿ ਇਹ ਤੋਂ ਜ਼ਿਆਦਾ ਮਿਹਨਤ ਮੈਂ ਨਹੀਂ ਕਰ ਸਕਦਾ। ਲੇਕਿਨ ਹੋ ਸਕਦਾ ਹੈ, ਦੇਖੋ ਸਿੱਧੀ ਜੀ ਗੱਲ ਹੈ, ਪੋਸਟਾਂ ਘੱਟ ਹੁੰਦੀਆਂ ਨੇ, ਕੰਪੀਟੀਸ਼ਨ ਬਹੁਤ ਤਕੜਾ ਹੈ। ਹੋ ਸਕਦਾ ਹੈ ਕਿ ਜੇ ਤੁਸੀਂ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਤੁਸੀਂ 2 ਘੰਟੇ ਪੜ੍ਹ ਕੇ, ਤੁਹਾਡੀ ਜਿਹੜੀ ਤੁਹਾਨੂੰ ਲੱਗ ਰਹੀ ਕਿ ਤੁਸੀਂ ਬਹੁਤ ਮਿਹਨਤ ਕੀਤੀ ਹੈ, ਕੋਈ ਹੋਰ ਜਿਹੜਾ ਤੁਹਾਡਾ ਕੰਪੀਟੀਸ਼ਨ ਹੈ 2 ਦੀ ਥਾਂ 4 ਘੰਟੇ ਪੜ੍ਹ ਰਿਹਾ ਹੋਵੇ, ਹੈ ਨਾ। ਵੀ ਜਿਹੜਾ ਤੁਸੀਂ ਇੱਕ ਚੈਪਟਰ ਜਿਹੜਾ ਮੰਨ ਲਓ ਤੁਸੀਂ ਕਰ ਰਹੇ ਹੋ, ਟਾਈਮ ਐਂਡ ਵਰਕ ਕਰ ਰਹੇ ਹੋ, ਜਿਹੜਾ ਤੁਸੀਂ ਟਾਈਮ ਐਂਡ ਵਰਕ ਤੁਸੀਂ ਮੰਨ ਲਓ 4 ਦਿਨਾਂ ਵਿੱਚ ਕੰਪਲੀਟ ਕਰਨਾ ਹੈ, ਕਿਸੇ ਹੋਰ ਬੰਦੇ ਨੇ ਉਹੀ ਟਾਈਮ ਐਂਡ ਵਰਕ 2 ਦਿਨਾਂ ਵਿੱਚ ਪੜ੍ਹ ਕੇ ਕੰਪਲੀਟ ਕਰ ਲਿਆ, ਤਾਂ ਉਹ ਤੁਹਾਡੇ ਤੋਂ ਅੱਗੇ ਹੀ ਹੋ ਗਿਆ। ਕਹਿੰਦੇ ਸਰ ਕੀ ਫਰਕ ਪੈਂਦਾ? ਫਰਕ ਪੈਂਦਾ ਅੱਗੇ ਰਿਵੀਜ਼ਨ ਵਿੱਚ, ਫਰਕ ਪੈਂਦਾ ਅੱਗੇ ਪ੍ਰੈਕਟਿਸ ਵਿੱਚ। ਅਤੇ ਦੂਜਾ ਇੱਕ ਪੁਆਇੰਟ ਮੈਂ ਬਹੁਤ ਗੱਲ ਕਰਨੀ ਚਾਹੂੰਗਾ। ਇੱਕ ਬੱਚਾ ਕਹਿੰਦਾ ਸੀ, ਕੁੜੀ ਸੀਗੀ, ਕਹਿੰਦੀ ਮੈਨੂੰ ਘਰਦਿਆਂ ਨੇ ਕਿਹਾ ਹੋਇਆ ਕਿ ਸਰਕਾਰੀ ਨੌਕਰੀ ਦੀ ਤਿਆਰੀ ਕਰ, ਸਰ ਮੈਂ ਮਿਹਨਤ ਕਰ ਰਹੀ ਹਾਂ ਲੇਕਿਨ ਹੋ ਨਹੀਂ ਰਿਹਾ, ਮੇਰਾ ਮਨ ਨਹੀਂ ਕਰਦਾ। ਮੈਂ ਕਿਹਾ ਦੇਖੋ ਜੀ, ਤੁਸੀਂ ਪਹਿਲਾਂ ਮਨ ਬਣਾਇਆ ਹੈ ਜੇ ਸਰਕਾਰੀ ਨੌਕਰੀ ਕਰਨ ਦਾ ਤਾਂ ਹੀ ਹੋਊਗੀ, ਠੀਕ ਹੈ। ਜੇ ਤੁਹਾਨੂੰ ਲੱਗ ਰਿਹਾ ਕਿ ਤੁਹਾਡੇ ਨਾ, ਕਿਉਂਕਿ ਬੈਕ ਆਫ ਦਾ ਮਾਇੰਡ ਸਾਡੇ ਚੱਲਦਾ ਰਹਿੰਦਾ ਕਿ ਯਾਰ ਘਰਦਿਆਂ ਨੇ ਕਿਹਾ ਹੋਇਆ, ਹੈ ਨਾ, ਜੇ ਨਹੀਂ ਲੱਗੀ ਫਿਰ ਮੈਂ ਬੋਲ ਦੂੰਗਾ ਤੁਸੀਂ ਕਿਹਾ ਸੀ ਮੈਂ ਤਾਂ ਕਰਨੀ ਨਹੀਂ ਸੀ, ਕਹਿੰਦੇ ਕਿ ਨਹੀਂ। ਇੱਕ ਤਾਂ 3 ਇਡੀਅਟ ਮੂਵੀ ਨੇ ਨਾ ਮਤ ਮਾਰ ਲਈ ਬੱਚਿਆਂ ਦੀ ਕਿ ਡੈਡ ਆਪਣੇ ਬੋਲਾ ਥਾ ਤੋ ਤਬ ਕਰ ਰਹਾ ਹੂੰ ਮੈਂ, ਅੱਬਾ ਨਹੀਂ ਮਾਨੇਗੇ, ਹੈ ਨਾ, ਫੋਟੋਗ੍ਰਾਫੀ ਕਰਨੀ ਹੈ। ਤਾਂ ਇੱਕ ਤਾਂ ਉਸ ਮੂਵੀ ਨੇ ਬਹੁਤ ਮਤ ਮਾਰ ਲਈ ਬੱਚਿਆਂ ਦੀ। ਕਰਦੇ ਦੇਖੋ ਠੀਕ ਹੈ, ਤੁਹਾਡਾ ਜਿਹੜਾ ਆਪਣਾ ਪੈਸ਼ਨ ਹੈ ਤੁਸੀਂ ਕਰਨਾ ਹੈ, ਜੇ ਸਰਕਾਰੀ ਨੌਕਰੀ ਨਹੀਂ ਕਰਦੇ ਫਿਰ ਤੁਸੀਂ ਕੀ ਕਰਨਾ ਸੀ? ਇੱਕ ਵਾਰ ਸੋਚੋ ਆਪਣੇ ਆਪ ਤੋਂ, ਬਾਹਰ ਜਾਣਾ ਸੀ, ਹੋਰ ਕਿਤੇ ਹੋਰ ਕੀ ਕਰਨਾ ਸੀ? ਤਾਂ ਪਹਿਲੀ ਗੱਲ ਤਾਂ ਜੇ ਤੁਹਾਨੂੰ ਸਰਕਾਰੀ ਨੌਕਰੀ ਚਾਹੀਦੀ ਹੈ ਤਾਂ ਸਿੱਧੀ ਜੀ ਗੱਲ ਹੈ, ਆਪਣਾ ਮਨ ਬਣਾਉਣਾ ਪੈਣਾ। ਆਪਣਾ ਮਨ ਬਣਾਏ ਬਿਨਾਂ ਸਰਕਾਰੀ ਨੌਕਰੀ ਨਹੀਂ ਮਿਲਣੀ, ਕਿਉਂਕਿ ਇੱਕ ਵਾਰ ਸੁਪਨਾ ਦੇਖਣਾ ਜ਼ਰੂਰੀ ਹੈ ਅਤੇ ਸੁਪਨਾ ਜਿਹੜਾ ਦੇਖ ਲਿਆ ਉਹਦੇ ਬਾਰੇ ਕੰਮ ਕਰਨਾ ਜ਼ਰੂਰੀ ਹੈ। ਉਹ ਜਿਹੜੀ ਡੈਡੀਕੇਸ਼ਨ ਨਾ, ਤਾਂ ਉਹ ਤਾਂ ਹੀ ਅੰਦਰੋਂ ਆਊਗੀ ਜਦੋਂ ਤੁਸੀਂ ਆਪਣਾ ਸੁਪਨਾ ਬਣਾਇਆ ਹੋਇਆ, ਹੈ ਨਾ, ਕਿ ਹਾਂ ਯਾਰ ਵੀ ਮੰਨ ਲਓ ਮੇਰਾ ਪੇਪਰ ਅੱਗੇ ਫੋਰੈਸਟ ਗਾਰਡ ਦਾ ਪੇਪਰ, ਅੱਗੇ ਕਲਰਕ ਦਾ ਪੇਪਰ, ਅੱਗੇ ਮੰਨ ਲਓ ਚੰਡੀਗੜ੍ਹ ਪੁਲਿਸ ਦੀ ਵੈਕੈਂਸੀ ਹੈ, ਪੰਜਾਬ ਪੁਲਿਸ ਦੀ ਵੈਕੈਂਸੀ, ਐਕਸਾਈਜ਼ ਇੰਸਪੈਕਟਰ ਦੀ ਵੈਕੈਂਸੀ ਹੈ, ਵੀ ਮੈਂ ਯਾਰ ਇਹ ਪੇਪਰ ਕੱਢਣਾ, ਮੈਂ ਪੇਪਰ ਪਾਸ ਕਰਨਾ। ਤਾਂ ਜੇ ਤੁਸੀਂ ਮਨ ਹੀ ਨਹੀਂ ਬਣਾਇਆ ਵਾ, ਜੇ ਤੁਸੀਂ ਮਨ ਹੀ ਨਹੀਂ ਬਣਾਇਆ ਵਾ, ਤੁਸੀਂ ਪੜ੍ਹੋਗੇ ਕਿੱਦਾਂ? ਕਿਉਂਕਿ ਤੁਹਾਡੇ ਬੈਕ ਆਫ ਦਾ ਮਾਇੰਡ ਤਾਂ ਇਹੀ ਚੱਲਿਆ ਰਹਿਣਾ ਕਿ ਹਾਂ ਮੈਨੂੰ ਤਾਂ ਘਰਦਿਆਂ ਨੇ ਕਿਹਾ ਸੀ। ਜੇ ਨਹੀਂ ਹੋਇਆ ਫਿਰ ਕੋਈ ਗੱਲ ਨਹੀਂ, ਫਿਰ ਕੀ ਕਰਾਂਗੇ? ਫਿਰ ਪਤਾ ਹੀ ਹੈ, ਉਹ ਜੀ ਯਾਰ ਚਾਚੇ ਦਾ ਮੁੰਡਾ ਵੀ ਤਾਂ ਗਿਆ ਹੋਇਆ, ਉਹ ਤੁਹਾਨੂੰ ਦੇਖਿਆ ਨਹੀਂ, ਮਨਪ੍ਰੀਤ ਵੀ ਤਾਂ ਨਿਕਲ ਗਿਆ, ਉਹ ਅਕਸ਼ੇ ਵੀ ਤਾਂ ਚੱਲਿਆ ਗਿਆ ਬਾਹਰ ਯਾਰ, ਹੈ ਨਾ, ਗਲਤ ਤਾਂ ਨਹੀਂ ਕਹਿ ਰਿਹਾ ਮੈਂ। ਤਾਂ ਦੇਖੋ ਜੇ ਬੁਰੀ ਲੱਗੀ ਗੱਲਾਂ ਤਾਂ ਬਹੁਤ ਬਹੁਤ ਸੋਰੀ, ਬਟ ਦੇਖੋ ਸਿੱਧੀ ਜੀ ਗੱਲ, ਬਹੁਤ ਬੱਚਿਆਂ ਨਾਲ ਮਿਲਿਆ, ਬਹੁਤ ਲੋਕਾਂ ਨਾਲ ਗੱਲਬਾਤ ਕੀਤੀ, ਤਾਂ ਹੀ ਮੈਂ ਇਹ ਨਾ ਅਨਾਲਿਸਿਸ ਜਿਹਾ ਕੀਤਾ ਹੋਇਆ ਕਿ ਹਾਂ ਯਾਰ ਗੱਲਾਂਬਾਤ ਤਾਂ ਇਹ ਹੀ ਹੁੰਦੀਆਂ ਨੇ, ਤਾਂ 2-4 ਘੁੰਮ ਫਿਰ ਕੇ ਨਾ। ਦੂਜੀ ਦੇਖੋ, ਜੇ ਸੁਪਨਾ ਦੇਖਿਆ ਹੈ, ਇਕੱਲੇ ਸੁਪਨੇ ਨੂੰ ਦੇਖਣ ਨਾਲ ਨਹੀਂ ਕੁਛ ਹੋਣਾ, ਸੋਚੀ ਜਾਓ ਹਾਂ ਅੱਜ ਮੈਂ ਕਰੂੰਗਾ, ਬਸ ਹੁਣ ਮੈਂ ਰੀਜ਼ਨਿੰਗ ਕਰ ਲੈਣੀ, ਹੁਣ ਮੈਂ ਉਹ ਕਰ ਲੈਣਾ, 3-3 ਮਹੀਨੇ ਦਾ ਸਟੱਡੀ ਪਲਾਨ, ਫਿਰ 2 ਮਹੀਨੇ ਦਾ, ਫਿਰ ਮਹੀਨੇ ਦਾ ਸਟੱਡੀ ਪਲਾਨ, ਇੰਨੇ ਜ਼ਿਆਦਾ ਦਾ ਪੇਪਰ, ਤਾਂ ਇਕੱਲੇ ਹਵਾਈ ਕਿਲੇ ਬਣਾ ਕੇ ਵੀ ਨਹੀਂ ਕੁਛ ਹੋਣਾ। ਕਿਉਂਕਿ ਸਿੱਧੀ ਜੀ ਗੱਲ ਹੈ, ਜਦੋਂ ਤੋਂ ਕੁਛ ਕਰੋਗੇ ਨਹੀਂ, ਜਦੋਂ ਤੋਂ ਕੁਛ ਕਰੋਗੇ ਨਹੀਂ ਫਿਰ ਹੋਊਗਾ ਕਿੱਦਾਂ? ਮਨ ਬਣਾਉਣਾ ਵੱਡੀ ਗੱਲ ਹੈ, ਬਟ ਮਨ ਦੇ ਅੱਗੇ ਕੁਛ ਨੂੰ ਕੰਮ ਕਰਨਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਮਨ ਜੇ ਜਿੱਤ ਲਿਆ ਆਪਣਾ, ਉਹੀ ਗੁਰਬਾਣੀ ਵੀ ਕਹਿੰਦੇ ਜਿੱਦਾਂ ਮਨ ਜਿੱਤੇ ਜਗ ਜੀਤ, ਹੁਣ ਜੇ ਤੁਸੀਂ ਮਨ ਆਪਣਾ ਜਿੱਤ ਲਿਆ ਨਾ, ਫਿਰ ਕੋਈ ਤੁਹਾਨੂੰ ਅੱਗੇ ਟੈਨਸ਼ਨ ਹੀ ਹੈ ਨਹੀਂ ਉਨੀ ਜ਼ਿਆਦਾ, ਉਹ ਤੋਂ ਅੱਗੇ ਤਾਂ ਬਸ ਤੁਹਾਡੀ ਮਿਹਨਤ ਹੈ ਅੱਗੇ, ਕਿਉਂਕਿ ਸਾਡਾ ਮਨ ਹੀ ਹੈ ਜਿਹੜਾ ਸਾਨੂੰ ਰੋਕਦਾ ਹੈ, ਸਾਡਾ ਮਨ ਹੀ ਸਾਨੂੰ ਇੰਸਟਾਗ੍ਰਾਮ ਖੋਲ੍ਹਣ 'ਤੇ ਮਜਬੂਰ ਕਰਦਾ ਹੈ, ਸਾਡਾ ਮਨ ਹੀ ਹੈ ਸਾਨੂੰ ਕਹਿੰਦਾ ਵੀ ਹਾਂ ਘੰਟਾ ਹੋ ਗਿਆ, 2 ਘੰਟਾ ਹੋਰ ਹੋ ਗਿਆ, ਸਾਡਾ ਮਨ ਹੀ ਹੈ ਜਿਹੜਾ ਸਾਨੂੰ ਕਹਿੰਦਾ ਹਾਂ ਇੱਕ ਵਾਰ ਹੋਰ ਸਵਾਈਪ ਕਰ ਲਾ ਉੱਤੇ ਨੂੰ, ਇੱਕ ਵਾਰ ਹੋਰ ਸਵਾਈਪ ਕਰ ਲਾ। ਤਾਂ ਦੇਖੋ ਜੀ, ਇਸ ਦਿਵਾਲੀ ਜਿਹੜਾ ਹੈ ਨਾ, ਆਪਣੇ ਮਨ ਉੱਤੇ ਜਿੱਤ ਪਾਉਣ ਦੀ ਕੋਸ਼ਿਸ਼ ਕਰੋ। ਜੇ ਮੂਡ ਬਣਾਇਆ ਹੈ ਸਰਕਾਰੀ ਨੌਕਰੀ ਦਾ, ਤਾਂ ਆਪਣੇ ਆਪ ਤੋਂ ਪੁੱਛੋ ਇੱਕ ਵਾਰ, ਤੁਸੀਂ ਸੱਚੀ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ? ਕਿਉਂਕਿ ਦੇਖੋ ਜੇ ਸਰਕਾਰੀ ਨੌਕਰੀ ਕਰਨੀ ਹੈ ਤਾਂ ਮਿਹਨਤ ਤਾਂ ਮੇਰੇ ਵੀਰ ਮੇਰੇ ਭੈਣ ਕਰਨੀ ਪੈਣੀ, ਮਿਹਨਤ ਕਰੇ ਬਿਨਾਂ ਨਹੀਂ ਨੌਕਰੀ ਮਿਲਣੀ। ਉਹੀ ਗੱਲ ਕਿ ਮੈਂ ਕੱਲ੍ਹ ਵੀਡੀਓ ਬਣਾਈ ਸੀ ਕਿ ਸਹੇਲੀ ਅਤੇ ਹਵੇਲੀ ਨਹੀਂ ਛੇਤੀ ਨਹੀਂ ਮਿਲਦੀ, ਨੌਕਰੀ ਮਿਲ ਸਕਦੀ ਹੈ ਕਿੱਦਾਂ? ਸਿਰਫ ਮਿਹਨਤ ਕਰਕੇ। ਅਤੇ ਫਿਰ ਕਈ ਬੱਚੇ ਹੁੰਦੇ ਨੇ ਵੀ ਮਿਹਨਤ ਕਰੀ ਜਾਂਦੇ, ਪਰ ਡਾਇਰੈਕਸ਼ਨ ਹੀ ਨਹੀਂ ਪਤਾ, ਡਾਇਰੈਕਸ਼ਨ ਲੈਸ ਹੋਏ ਹੋਏ ਆ, ਸਿਲੋਜਿਜ਼ਮ ਪੜ੍ਹੀ ਜਾਂਦੇ, ਪੇਪਰ 'ਚ ਨਹੀਂ ਆਉਂਦੇ ਸਾਡੇ, 2-2, 3-3 ਵੇਰੀਏਬਲ ਦੀ ਪਜ਼ਲਾਂ ਕਰ ਰਹੇ, ਪੇਪਰ 'ਚ ਨਹੀਂ ਆਉਂਦੇ। ਫੋਰੈਸਟ ਗਾਰਡ ਦਾ ਪੇਪਰ ਲੈ ਲੈਵਲ ਪਾਸ ਕਰ ਰਹੇ, ਕਾਹਦਾ ਬੈਂਕ ਵਾਲਾ, SSC ਵਾਲਾ ਪੇਪਰ, ਜਦੋਂ ਤੁਹਾਡਾ ਇੰਨਾ ਔਖਾ ਆਣੇ ਨਹੀਂ, ਅੱਧੀ ਬੱਚਾ ਤਾਂ ਹੀ ਬੈਕ ਆਊਟ ਕਰ ਜਾਂਦਾ ਵੀ ਯਾਰ ਇੰਨਾ ਔਖਾ ਮੈਂ ਕਿੱਦਾਂ ਪੜ੍ਹੂੰ, ਮੈਥੋਂ
नहीं यार थोनू पता है जी हर कोई तेज थोड़ी होंदा यार है ना, हर कोई सुमित तरह थोड़ी होंदा है तेज यार, हुण उहदी नौकरी लगी मेरी थोड़ी लग जूगी यार, मेरा दिमाग है नहीं उन्ना यार, मेरी गलती की यार है ना, तो टॉप करता होंदा सी। ओ जी इहो जी गल कुछ नहीं है, इस स्कूल वाले पेपर नहीं है, इधर कोई भी टॉप कर सकता, स्कूल मैटर नहीं करता, भावें थोड़े उत्ते 60% आए हो, भावें तुसीं 40% नाल पास किए हो, भावें थोड़े 90 आए हो, इधर जिहड़ी मेहनत की है ना उही काम आनी है। तो बस यही गल मैं कहना चाहूँगा, ज़्यादा नहीं प्रवचन जहा हो जाता फिर, नहीं तो बच्चे मैंने कहें सर थोनू की पता ऐं बोली जाते हो, मैं भी इस फेज तो निकल हुआ ता ही मैं थोनू ये गल कह रहा। तो बाकी विश्वकर्मा डे यार, सबनों विश्वकर्मा डे दी बहुत बहुत मुबारक। तो दिवाली के दिन हजे चले हुए हैं, तो दिवाली के दिन उत्ते जी पंजाब अड्डा 24/7 से सेल है जी महापैक उत्ते, जिद साल भर के सारे बैच होंगे सके 32/19 मिलते साल भर के, वो हजे भी Y383 Y383 ला के 2 साल 2069 के मिल रहे हैं। तो यहोजा ऑफर है जोड़ा ना कद आया सी ना आया है, मैं तो अज तक देखा नहीं सी, अज शायद लास्ट डे है, तो जिन्हें एनरोल नहीं कराया तो जरूर एनरोल करो, जे सरकारी नौकरी लेनी है तो पैसे फुकने नहीं है, ठीक है जी, भावें 2000 रुपये की गल, भावें 1000 रुपया साल तो घट पै रहा है, बट पैसे पैसे होंगे यार। तो एनरोल किदा करना वो एक बार देख लो, तुम ओपन करना जी adda247.com वैबसाइट पर जाओ या फिर ऐप है, तो वधिया कुछ है नहीं, तो उधर जाके सीधा सर्च करना है तुम पंजाब महापैक PUNJABMAHAPAC, उत्थे जाके तुहानू दिखूगा डबल वैलिडिटी नाल 8999 दा, उत्थे बाय नाउ ते जाओ ते फिर एंटर कूपन कोड करना है तुहानू Y383Y383, ते लांदे तुहानू पै जूगा 77% ऑफ, ते जिहदा तुसीं देख ही सकदे हो 2069 रुपये दा पै रहा तुहानू, ते एक नहीं पूरे 2 साल लई, यानी कि 12+12 महीने लई। इहदे विच मिलेगा की कुछ, पूरे साल भर दे जिन्ने भी आने वाले बैच, साल नहीं सॉरी 2 साल तक दे जिन्ने भी आने वाले बैच, उन्हां दी क्लासेस, टेस्ट सीरीज, रिवीजन बैच, रिकॉर्डेड वीडियो, सब कुछ, ईवन स्पोकन इंग्लिश दा एक बैच भी थोनू मिलता है। तो दिवाली का मौका है, छोटी दिवाली है, ये तो वधिया टाइम अपने को नहीं हो सकता अपनी जिहड़ी तैयारी है उनू 4 चन्न लाण लई। तां जी ध्यान रखो, Y383 ला के अज ही एनरोल कर लो। सत श्री अकाल एंड ऑल द बेस्ट।